ਤੇ ਬਲਵਿੰਦਰ ਸਿੰਘ ਜੀ ਚੱਠਾ ਟੰਡੋਵਾਲ ਇਹਨਾਂ ਨੇ ਕਰਵਾਈ ਸੀ ਤੇ ਮੈਥੋਂ ਬਹੁਤ ਫੋਨ ਕਾਲ ਮੈਸੇਜ ਆਏ ਵੀ ਉਹ ਕਿਹਨੂੰ ਸਨਮਾਨ ਮਿਲਣਾ ਹੈ ਪਿਛਲੇ 10 ਦਿਨਾਂ ਤੋਂ ਜਿਹੜਾ ਹੈ ਉਹ ਅਨਾਉਂਸਮੈਂਟ ਜਿਹੜੀ ਕਰਨ ਦੇ ਲਈ ਉਹ ਪੋਸਟਰ ਪਾਉਣ ਦੇ ਲਈ ਅੰਕਲ ਹੁਣੀ ਜ਼ੋਰ ਲਾ ਰਹੇ ਹੈ ਪਰ ਜਿਹੜੇ ਖਿਡਾਰੀ ਦਾ ਉਹ ਸਨਮਾਨ ਕਰਨਾ ਉਹ ਮੰਨ ਨਹੀਂ ਆ ਸੀ ਉਹ ਕਹਿੰਦਾ ਸੀ ਵੀ ਮੈਂ ਇਹ ਸਨਮਾਨ ਹਲੇ ਨਹੀਂ ਲੈਣਾ ਖੇਡ ਕਬੱਡੀ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਅੰਕਲ ਜੀ ਕਹਿੰਦੇ ਵੀ ਆਪਾਂ 1 ਕਰੋੜ ਦਾ ਬੁਲਾਇਆ ਸੀਗਾ ਪਰ ਆਪਾਂ ਉਹ ਖਿਡਾਰੀ ਨੂੰ 1.25 ਕਰੋੜ ਦੀ ਗੱਡੀ ਦੇਵਾਂਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉਹ ਖਿਡਾਰੀ ਕੌਣ ਹੋਵੇਗਾ ਇਸੇ ਇਲਾਕੇ ਦਾ ਵੱਡਾ ਸਟਾਰ ਕਬੱਡੀ ਦਾ ਗਲੇਡੀਏਟਰ ਨੰਗਲਾਂਬੀਆਂ ਵਾਲਾ ਸੰਦੀਪ ਹੋਵੇਗਾ 1.25 ਕਰੋੜ ਦੀ ਗੱਡੀ ਦੇ ਨਾਲ ਕਬੱਡੀ ਦੇ ਇਤਿਹਾਸ ਦਾ ਇੱਕ ਗੱਲ ਹੋਰ ਹੈ ਵੀ ਕਿਸੇ ਨੇ ਸੋਚਣਾ ਵੀ ਇਹ ਫੇਕ ਸਨਮਾਨ ਹੋਵੇਗਾ ਗਰਾਊਂਡ ਦੇ ਵਿੱਚ ਖੜ ਕੇ ਇਹ ਐਲਾਨ ਹੋ ਰਿਹਾ ਜੇ ਕਿਸੇ ਨੂੰ ਕੋਈ ਡਾਊਟ ਵੀ ਹੋਵੇਗਾ ਉਹ ਸਨਮਾਨ ਤੋਂ ਬਾਅਦ ਗੁਰੂ ਘਰ ਜਾ ਕੇ ਸਾਰੇ ਪ੍ਰਮੋਟਰ ਉੱਥੇ ਨਮਸਕਾਰ ਕਰਨਗੇ ਵੀ ਇਸ ਸਨਮਾਨ ਦੇ ਵਿੱਚ ਕੋਈ ਫੇਕ ਚੀਜ਼ ਨਹੀਂ ਹੋਵੇਗੀ 1.5 ਕਰੋੜ ਤੱਕ ਉਹ ਗੱਡੀ ਪੁੱਜ ਸਕਦੀ ਹੈ ਅੰਕਲ ਨੇ ਆਖਿਆ ਵੀ 1.25 ਕਰੋੜ ਸ਼ਾਹਕੋਟ ਦੇ ਸਾਰੇ ਸਪੌਂਸਰਾਂ ਵੱਲੋਂ ਸਾਡੇ ਵੱਲੋਂ 1.25 ਕਰੋੜ ਦੇ ਨਾਲ ਨੰਗਲਾਂਬੀਆਂ ਵਾਲੇ ਦਾ ਸਨਮਾਨ ਹੋਵੇਗਾ ਸੰਦੀਪ